ਸਵਾਗਤ ਹੈ ਦੋਸਤੋ ਸਾਡੇ YouTube ਚੈਨਲ Best Future Education ਵਿੱਚ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਪੰਜਾਬ ਕੋਆਪਰੇਟਿਵ ਬੈਂਕ ਵੱਲੋਂ 855 ਪੋਸਟਾਂ ਦੇ ਜੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਨਾ ਪੋਸਟਾਂ ਬਾਰੇ ਤੁਹਾਡੀ ਕੀ ਐਜ ਲਿਮਟ ਰਹੇਗੀ ਕੀ ਤੁਹਾਡੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਐਂਡ ਕਿੰਨੀ ਤੁਹਾਡੀ ਫੀਸ ਰਹੇਗੀ ਤਾਂ ਦੋਸਤੋ ਵੀਡੀਓ ਨੂੰ ਕੇ ਤੱਕ ਜਰੂਰ ਦੇਖਣਾ ਜੇ ਦੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਤੇ ਚਾਹੁੰਦੇ ਹੋ ਕਿ ਆਉਣ ਵਾਲੀ ਹਰ ਇੱਕ ਗਵਰਨਮੈਂਟ ਜੋਬ ਦੀ ਜਾਣਕਾਰੀ ਬਿਲਕੁਲ ਸਹੀ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਔਰ ਨੋਟੀਫਿਕੇਸ਼ਨ ਆਨ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤਾਂ ਦੋਸਤੋ ਹੁਣ ਤੁਹਾਨੂੰ ਔ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਜੋ 852 ਪੋਸਟਾਂ ਰਹਿਣ ਵਾਲੀਆਂ ਨੇ ਇਸ ਵਿੱਚ ਜੋ ਸੀਨੀਅਰ ਮੈਨੇਜਰ ਮੈਨੇਜਰ ਇਨਫੋਰਮੇਸ਼ਨ ਟੈਕਨੋਲੋਜੀ ਆਫੀਸਰ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਂਡ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਰਹਿਣੀਆਂ ਨੇ ਜੋ ਤੁਸੀਂ ਇਹਨਾਂ ਪੋਸਟਾਂ ਨੂੰ 20 ਮਈ 2021 ਤੱਕ ਅਪਲਾਈ ਕਰ ਸਕਦੇ ਹੋ ਜੋ ਤੁਹਾਡੀ ਵੈਬਸਾਈਟ ਰਹੇਗੀ www.pscb.in ਰਹੇਗੀ ਹੁਣ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਜੋ ਸੀਨੀਅਰ ਮੈਨੇਜਰ ਦੀ ਪੋਸਟ ਰਹਿ ਗਈ ਇਸ ਵਿੱਚ ਜੋ ਟੋਟਲ 40 ਪੋਸਟਾਂ ਨੇ ਇਸ ਵਿੱਚ ਜੋ ਤੁਹਾਡੀ ਪੋਸਟ ਗ੍ਰੈਜੂਏਸ਼ਨ ਠੀਕ ਹੈ ਘਟੋ ਘਟ 50% ਨੰਬਰਾਂ ਨਾਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਹਾਨੂੰ ਜੋ 55% ਦੀ ਜ਼ਰੂਰਤ ਪੈਗੀ ਐਂਡ ਤੁਸੀਂ ਜੋ ਪੰਜਾਬੀ ਬੋਲੇ ਹੋਣੇ ਲਾਜ਼ਮੀ ਹੋ 10ਵੀਂ ਪੱਧਰ ਤੱਕ ਐਂਡ ਇਹਨਾਂ ਪੋਸਟਾਂ ਲਈ ਜੋ ਐਕਸਪੀਰੀਅੰਸ ਵੀ ਮੰਗਿਆ ਗਿਆ ਹੈ ਠੀਕ ਹੈ ਘਟੋ ਘਟ ਜੋ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅਸਿਸਟੈਂਟ ਅਸਿਸਟੈਂਟ ਮੈਨੇਜਰ ਜਾਂ ਮੈਨੇਜਰ ਲੈਵਲ ਦਾ ਉਸ ਤੋਂ ਬਾਅਦ ਜੋ ਮੈਨੇਜਰ ਦੀ ਪੋਸਟ ਹੈ ਇਸ ਵਿੱਚ ਜੋ ਪੋਸਟ ਗ੍ਰੈਜੂਏਸ਼ਨ ਠੀਕ ਹੈ ਜੀ 50% ਨੰਬਰਾਂ ਨਾਲ ਐਂਡ ਜਾਂ ਫਿਰ ਤੁਹਾਡੀ ਜੋ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 55% ਨੰਬਰਾਂ ਨਾਲ ਤੇ ਜੋ ਟੋਟਲ ਪੋਸਟਾਂ 60 ਰਹਿਣ ਵਾਲੀਆਂ ਨੇ ਐਂਡ ਜੋ ਆਈਟੀ ਅਫੀਸਰ ਦੀ ਪੋਸਟ ਹੈ ਇਸ ਵਿੱਚ ਯੂਜ਼ ਤੁਹਾਡੀ ਜੋ 50% ਨੰਬਰਾਂ ਨਾਲ ਐਮਸੀਏ ਜਾਂ ਐਮਐਸ ਐਸਸੀ ਹੋਣੀ ਚਾਹੀਦੀ ਹੈ ਇਨਫਾਰਮੇਸ਼ਨ ਟੈਕਨੋਲੋਜੀ ਅੰਦਰ ਜਾਂ ਤੁਹਾਡੀ ਜੋ 55% ਨੰਬਰਾਂ ਨਾਲ ਬੀਈ ਜਾਂ ਬੀਟੈਕ ਬੀਐਸਸੀ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਜੋ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੇ ਲਾਜ਼ਮੀ ਹੋਣੀ ਚਾਹੀਦੀ ਹੂੰ ਉਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਪੋਸਟਾਂ ਨੇ 739 ਨੇ ਕਲਰਕ ਕੰਮ ਡਾਟਾ ਇੰਟਰੀਪਰੇਟਰ ਇਸ ਵਿੱਚ ਤੁਹਾਡੀ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਅੰਦਰ ਹੋਣੀ ਚਾਹੀਦੀ ਹੈ ਸੈਕੰਡ ਡਿਵੀਜ਼ਨ ਅੰਦਰ ਠੀਕ ਹੈ ਜੀ ਇਸ ਤੋਂ ਇਲਾਵਾ ਜੇਕਰ ਤੁਹਾਡੀ ਜੋ ਸੈਕੰਡ ਡਿਵੀਜ਼ਨ ਵਿੱਚ ਨਹੀਂ ਕੰਪਲੀਟ ਤਾਂ ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਐਲੀਜੀਬਲ ਹੋ ਐਂਡ ਤੁਹਾਡੇ ਕੋਲੇ ਕਟੋਕਟ ਸੇਮ ਹੀ ਨੇਦਾ ਜੋ ਆਈਐਸਓ ਠੀਕ ਹੈ ਜੀ ਮਾਨਤਾ ਪ੍ਰਾਪਤ ਜੋ ਸਰਟੀਫਿਕੇਟ ਹੋਣਾ ਚਾਹੀਦਾ ਹੈ ਕੰਪਿਊਟਰ ਦਾ ਯਾਨੀ ਕਿ ਤੁਹਾਡੇ ਕੋਲ ਬੇਸਿਕ ਕੰਪਿਊਟਰ ਹੋਣਾ ਚਾਹੀਦਾ ਹੈ ਐਂਡ ਤੁਸੀਂ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੇ ਲਾਜ਼ਮੀ ਹੋਣੀ ਚਾਹੀਦੀ ਹੋ ਉਸ ਤੋਂ ਬਾਅਦ ਜੋ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਨੇ ਇਹਨਾਂ ਦੀ ਕੋਰ ਲੋ ਗਿਣਤੀ ਜੋ 10 ਰਹਿਣ ਵਾਲੀ ਹੈ ਤੇ ਜੋ ਤੁਹਾਡੀ ਸੈਕੰਡ ਡਿਵੀਜ਼ਨ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਸਿਰਫ ਪਾਸ ਨੰਬਰਾਂ ਨਾਲ ਐਂਡ ਤੁਹਾਡੇ ਕੋਲੇ ਜੋ ਸੇਮ ਮੰਥ ਦਾ ਜੋ ਆਈਐਸਓ ਸਰਟੀਫਿਕੇਟ ਹੋਣਾ ਚਾਹੀਦਾ ਕੰਪਿਊਟਰ ਦਾ ਠੀਕ ਹੈ ਜੀ ਐਂਡ ਤੁਹਾਡੀ ਜੋ ਪੰਜਾਬੀ ਐਂਡ ਇੰਗਲਿਸ਼ ਹੌਟ ਹੈਂਡ ਜੋ 80 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਤੁਹਾਡੀ ਸਪੀਡ ਤੇ ਪੰਜਾਬੀ ਪੜੀ ਹੋਣੀ ਚਾਹੀਦੀ ਹੈ 10ਵੀਂ ਪੱਧਰ ਤੱਕ ਅੱਗੇ ਦੋਸਤੋ ਇਹਨਾਂ ਪੋਸਟਾਂ ਨੂੰ ਜੋ ਕੈਟਾਗਰੀ ਅਨੁਸਾਰ ਡਿਵਾਈਡ ਕੀਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਦਿਖਾ ਦਿੱਨੇ ਆ ਜਿਵੇਂ ਕਿ ਆਰਓ ਠੀਕ ਹੈ ਐਸਸੀ ਆਰਓ ਰਮਦਾਸੀ ਐਸਕ ਐਂਡ ਅਦਰ ਦੀਆਂ ਜੋ 42 ਪੋਸਟਾਂ ਹਨ ਮਾਜੀ ਸਿੱਖ ਠੀਕ ਹੈ ਐਂਡ ਅਦਰ ਇਹ ਤੁਸੀਂ ਦੇਖ ਸਕਦੇ ਹੋ 55 ਪੋਸਟਾਂ ਇਸੇ ਤਰ੍ਹਾਂ ਜੋ ਔਮਨ ਲਈ ਅਲੱਗ ਤੋਂ ਰਿਜ਼ਰਵ ਸੀਟਾਂ ਨੇ ਇਹ ਵੱਖ-ਵੱਖ ਕੈਟਾਗਰੀ ਅਨੁਸਾਰ ਵੱਖ-ਵੱਖ ਪੋਸਟਾਂ ਨੂੰ ਡਿਵਾਈਡ ਕੀਤਾ ਗਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ये तो नोटिफिकेशन डाउनलोड करके चंकी तरह रीड कर लेने एंड जो तीडी फीस वाली है चौदह सौ रुपया तोड़ी फीस रहेगी सिर्फ एससीत सौ रुपया फीस रहनी है ठीक है, तो है? SC, जो ती एज लिमिट मंगी गई अठारह तो सैंती साल तक होनी चाहिए है एंड एस सी बी सी कैटेगरी जो बयाली साल रहेगी जो ठीक लिमिट काउंट की जानी है 1 ਜਨਵਰੀ 2021 ਤੱਕ ਅਕਾਊਂਟ ਕੀਤੀ ਜਾਣੀ ਹੈ ਅੱਗੇ ਦੋਸਤੋ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਜੋ ਤੁਹਾਡਾ ਸਿਰਫ ਜੋ ਰਿਟਰਨ ਟੈਸਟ ਲੈ ਜਾਣਾ ਹੈ ਆਬਜੈਕਟਿਵ ਟਾਈਪ ਜੋ ਕਿ ਤੁਹਾਨੂੰ ਸਿਲੇਬਸ ਵੀ ਦਿੱਤਾ ਗਿਆ ਹੈ ਬੜੇ ਹੀ ਸਹੀ ਤਰੀਕੇ ਨਾਲ ਸਾਨੂੰ ਸਿਲੇਬਸ ਪੂਰੀ ਡਿਟੇਲ ਵਿੱਚ ਦਿੱਤਾ ਗਿਆ ਹੈ ਤਾਂ ਤੁਸੀਂ ਇਹ ਨੋਟੀਫਿਕੇਸ਼ਨ ਠੀਕ ਹੈ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਇਸ ਨੂੰ ਚੈੱਕ ਕਰ ਲਓ